ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਤੇ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੀ ਕਿ ਤੁਸੀਂ ਮੇਰੀਆਂ ਪਹਿਲੀਆਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਅੱਜ ਵਾਲੀ ਵੀਡੀਓ ਨੇ ਵੀ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਅੱਜ ਅਸੀਂ ਜਿਹੜੀ ਵੀਡੀਓ ਬਣਾਣੀ ਹੈ ਉਹ ਬਣਾਣੀ ਆ ਪੀ ਟਰੈਕਟਰ ਦੀ ਰੇਸ ਕਿੱਦਾਂ ਖੋਲਦੀ ਹੈ ਜੀ ਮੈਨੂੰ ਕਈ ਵੀਰਾਂ ਦੇ ਕਮੈਂਟ ਆਏ ਸਕੇ ਪੀ ਟਰੈਕਟਰ ਦੀ ਰੇਸ ਕਿੱਦਾਂ ਖੋਲਦੀ ਹੈ ਤੇ ਉਹਦੇ ਉੱਤੇ ਅੱਜ ਵੀਡੀਓ ਬਣਾਵਾਂਗੇ ਤੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਕਮੈਂਟ ਵੀ ਕਰੋ ਜੇ ਪਸੰਦ ਆਂਦੀ ਆ ਤਾਂ ਲਾਈਕ ਦਾ ਬਟਨ ਦੱਬਿਆ ਕਰੋ ਜੇ ਨਹੀਂ ਪਸੰਦ ਆਦੀ ਡਿਸਲਾਈਕ ਜਰੂਰ ਕਰਕੇ ਜਾਇਆ ਕਰੋ ਤੇ ਬਾਕੀ ਆਪਣੀ ਕਮੀ ਪੇਚੀ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਕਿ ਵੀਡੀਓ ਵਿੱਚ ਆ ਕਮੀ ਸੀਗੀ ਜਾਂ ਅਗਲੀ ਵੀਡੀਓ ਤੁਹਾਨੂੰ ਕਿਸ ਚੀਜ਼ ਤੇ ਟੌਪਿਕ ਤੇ ਚਾਹੀਦੀ ਆ ਉਹਦੇ ਬਾਰੇ ਜਰੂਰ ਦੱਸਿਆ ਕਰੋ ਤੇ ਬਾਕੀ ਡੇਲੀ ਅਪਡੇਟ ਦੇਖਣ ਲਈ ਤੁਸੀਂ ਮੈਨੂੰ ਇੰਸਟਾਗ੍ਰam ਆਈਡੀ ਤੇ ਵੀ ਫੋਲੋ ਕਰ ਸਕਦੇ ਆ ਉਹ ਤੁਹਾਨੂੰ ਆਈਡੀ ਥੱਲੇ ਮੈਂਸ਼ਨ ਹੁੰਦੀ ਹੋਣੀ ਆ ਚਲੋ ਫਿਰ ਅੱਜ ਸ਼ੁਰੂ ਕਰਦੇ ਆ ਜੀ ਪਹਿਲੀ ਵੀਡੀਓ ਇਟ ਦ ਕੋ ਸ਼ਿਕਾਈਸ ਕ੍ਰਾਸ਼ ਕ੍ਰਾਸ਼ ਇਟ ਦ ਕੋ ਸ਼ਿਕਾਈਸ ਕ੍ਰਾਸ਼ ਤੇ ਰੇਸ ਖੋਲਣ ਦੇ ਜੀ ਦੋ ਤਰੀਕੇ ਆ ਦੋ ਤਰੀਕੇ ਇਦਾਂ ਇਹ ਵੀ ਇੱਕ ਤਾਂ ਇਹਦੀ ਬਾਹਰੋਂ ਖੋਲਦੀ ਆ ਜੀ ਰੇਸ ਤੇ ਇੱਕ ਇਹ ਪੰਪ ਖੋਲ ਗਏ ਅੰਦਰ ਸਪ੍ਰਿੰਗ ਪੰਦੇ ਕੁੱਤਾ ਖੋਲਦੀ ਹੈ ਜੀ ਤੇ ਜਿਹੜੀ ਤਾਂ ਅਸੀਂ ਬਾਹਰੋਂ ਰੇਸ ਖੋਲਦੇ ਆ ਇਹ ਲਗਭਗ 2800 ਚੱਕਰਾਂ ਤੱਕ ਖੋਲਦੀ ਹੈ ਜੀ ਤੇ ਜਦ ਅਸੀਂ ਸਪ੍ਰਿੰਗ ਪਾ ਦਿੰਨੇ ਆ ਅੰਦਰ ਜਾਂ origignal ਸਪ੍ਰਿੰਗ ਵੱਢ ਕੇ ਪਾਨੇ ਆ ਉਹ ਲਗਭਗ 303500 ਤੱਕ ਚੱਲ ਜਾਂਦੀ ਹੈ ਜੀ ਉਸ ਤੋਂ ਵੱਧ ਵੀ ਜਾਂਦੀ ਆ ਉਹ ਸਪ੍ਰਿੰਗ ਦੀ ਡਿਪੈਂਡ ਕਰੇ ਤੁਸੀਂ ਸਪ੍ਰਿੰਗ ਕਿਹੜਾ ਪਾਨੇ ਆ ਚਲੋ ਫਿਰ ਮੈਂ ਤੁਹਾਨੂੰ ਦੱਸਦਾ ਜੀ ਤੇ ਹਾਂਜੀ ਜਿਹੜੀ ਤਾਂ ਟਰੈਕਟਰ ਦੀ ਜੀ ਬਾਹਰੋਂ ਖੋਲਦੀ ਆ ਰੇਸ ਉਹ ਤਾਂ ਖੋਲਦੀ ਹੈ ਜੀ ਇੱਥੋਂ ਆਹ ਦੇਖ ਲਓ ਆ ਸੀਲ ਥੋੜੀ ਉੱਪਰ ਉੱਦੇ ਰੱਖੀ ਹੋ ਮੈਂ ਵੀ ਖੋਲੀ ਹੋ ਰੇਸ ਵੈਸੇ ਆਹ ਖੋਲ ਕੇ ਨਾ ਤੁਸੀਂ ਪਿੱਛੇ ਕਰ ਦੇਣਾ ਸਾਰਾ ਠੀਕ ਹੈ ਜੀ ਫਿਰ ਜਿਹੜੀ ਆ ਰੇਸ ਆ ਸਾਰੀ ਇੱਥੇ ਲੱਗਦੀ ਪੂਰੀ ਕੋਲ ਆ ਕੇ ਇੱਥੇ ਲੱਗ ਜਾਂਦੀ ਏ ਲਗਭਗ 2800 ਚੱਕਰਾਂ ਤੱਕ ਚੱਲ ਜਾਂਦੀ ਏ ਜੀ ਤੇ ਹੁਣ ਰਹੀ ਗੱਲ ਜੀ ਸਪ੍ਰਿੰਗ ਪਾਣ ਦੀ ਜੇ ਵੀਰੇ ਤੁਸੀਂ ਸਪ੍ਰਿੰਗ ਪਾਉਣਾ ਆ ਉਹ ਲੈਣਾ ਜੀ ਪੰਪ ਵਾਲਿਆਂ ਕੋਲੋਂ ਜਿਹੜੇ ਪੰਪ ਮੂੜੀ ਹੈ ਪਰ ਅਸੀਂ ਆਪਣੇ ਆਲੇ ਦਾਪੇ ਪਾ ਲਿਆ ਸਗਾ ਕਿਉਂਕਿ ਮਾੜਾ ਮੋਟਾ ਕੰਮ ਪਤਾ ਹੀ ਆ ਜੀ ਤੇ ਉਹ ਮੈਂ ਤੁਹਾਨੂੰ ਵੀਡੀਓ ਵਿੱਚ ਲਿੰਕ ਕਰ ਦੂੰਗਾ ਥੱਲੇ ਤੇ ਅਸੀਂ ਉਹ ਰਾਤ ਨੂੰ ਬਦਲਿਆ ਸਗਾ ਉਹਦੇ ਵਿੱਚ ਬਦਲਨੇ ਤੁਹਾਨੂੰ ਆਹ ਨਾਟ ਖੋਲਨੇ ਪੈਣੇ ਜੀ ਇੱਕ ਦੂਜਾ ਇਹਦੇ ਥੱਲੇ ਆ ਜੀ ਆਹ ਲੱਗਿਆ ਆ ਤਿੰਨ ਨਾਟ ਪੂਰੇ ਹੁੰਦੇ ਜੀ ਇਹਦੇ ਇੱਕ ਆ ਇਹ ਕਿਹਦੇ ਪਿੱਛੇ ਆ ਇਹ ਖੋਲ ਕੇ ਤੁਸੀਂ ਆਹ ਚੱਕ ਲੈਣਾ ਇੱਥੋਂ ਪ੍ਰੋਪਰ ਇਥੋਂ ਐਨ ਐ ਨਾਈਸ ਹੁਜਾਕ ਹੋ ਜਾਣਾ ਇਹਦੇ ਵਿੱਚ ਇੱਥੇ ਸਪ੍ਰਿੰਗ ਹੁੰਦਾ ਉਹਦੀ ਵੀ ਫਟ ਪਾ ਦੇਣੇ ਇਹਦੇ ਵਿੱਚ origignal ਸਪ੍ਰਿੰਗ ਹੁੰਦਾ ਜੀ 409 ਨੰਬਰ ਉਹਨੂੰ ਜੇ ਤੁਸੀਂ ਬੰਡ ਕੇ ਪਾਨੇ ਆ ਤਾਂ ਕੁੰਡੀ ਉਹਦੀ ਕਿਸੇ ਟਾਈਮ ਵੀ ਟੁੱਟ ਸਕਦੀ ਆ ਯਾਨੀ ਕਿ ਯਕੀਨ ਨਾਲ ਕੰਪਨੀ ਤੁਹਾਡਾ ਕੰਮ ਖੜ ਸਕਦਾ ਇਹਨਾਂ ਚੰਗਾ ਤੁਸੀਂ ਇੱਕ ਹੋਰ ਨੰਬਰ ਦਾ ਹੁੰਦਾ ਸਪ੍ਰਿੰਗ ਜੀ ਉਹ ਪੰਪ ਵਾਲਿਆਂ ਦਾ ਤੁਹਾਨੂੰ ਮਿਲ ਜਾਣਾ ਉਹ ਲੈ ਕੇ ਜੇ ਤੁਸੀਂ ਪਾਨੇ ਆ ਤਾਂ ਉਹਦੇ ਨਾਲ ਰੇਸ ਤੁਹਾਡੀ ਕਾਫੀ ਵਧ ਜਾਨੀ ਆ 4000 ਚੱਕਰਾਂ ਤੱਕ ਵੀ ਚੱਲ ਜਾਂਦੀ ਜੀ ਤੇ ਉਹਦੇ ਫਾਇਦੇ ਕੁਝ ਏਡੇ ਖਾਸ ਹੈ ਨਹੀਂਗੇ ਨੁਕਸਾਨ ਜ਼ਿਆਦਾ ਹੈ ਜੀ ਤੇ ਨੁਕਸਾਨ ਇਦਾਂ ਆ ਕਿ ਜੇ ਜੀ ਪੰਪ ਓਵਰ ਸਪੀਡ ਜਲਦਾ ਆ ਇੱਕ ਤਾਂ ਹੈਗਾ ਰੂਟਰ ਪੰਪ ਜੀ ਇਹਦੇ ਵਿੱਚ ਮੁਗਲਲ ਦੀ ਕੋਈ ਸਪਲਾਈ ਨਹੀਂ ਹੈਗਾ ਇਹਨੂੰ ਸਿਰਫ ਡੀਜ਼ਲ ਦੇ ਨਾਲ ਹੀ ਲੂਬ੍ਰੀਕੈਂਟ ਹੁੰਦਾ ਜੀ ਜਿਆਦਾ ਜਿਆਦਾ ਹਾਈ ਸਪੀਡ ਤੇ ਚੱਲਣਾ ਲਗਭਗ 4000 ਚੱਕਰਾਂ ਤੇ ਚੱਲਣਾ ਇਹਦੀ ਕਸਾਈ ਜ਼ਿਆਦਾ ਹੋਊਗੀ ਇਹਦੀ ਜਾਂ ਕਸਾਈ ਹੋਣੀ ਆ ਇਹਨੇ ਛੇਤੀ ਇਹਦੀ ਲਾਈਫ ਛੇਤੀ ਡੈੱਡ ਹੋ ਜਾਣੀ ਆ ਠੀਕ ਹੈ ਜੀ ਤੇ ਬਾਕੀ ਰਹੀ ਗੱਲ ਇੰਜਨ ਦੀ ਇੰਜਨ ਦੇ ਵਿੱਚ ਤੁਹਾਡੀਆਂ ਟੇਪਟਾਂ ਦੀ ਆਵਾਜ਼ ਜ਼ਿਆਦਾ ਆਉਗੀ ਜਦ ਜਦਾਂ ਜ਼ਿਆਦਾ ਚੱਲੀ ਜਾਣਾ ਆ ਕਹਿਣ ਦਾ ਮਤਲਬ ਸਾਰੀ ਚੀਜ਼ਾਂ ਦੀ ਲਾਈਫ ਵੱਧੀ ਹੋ ਜਾਂਦੀ ਹੈ ਠੀਕ ਹੈ ਜੀ ਤਾਂ ਮੇਰੇ ਹਿਸਾਬ ਨਾਲ ਇਹਨੂੰ ਪੁਆਉਣ ਦੀ ਡੀਲੋਡ ਤਾਂ ਹੈ ਨਹੀਂ ਕਿ ਪਰ ਬਾਕੀ ਅੱਜ ਕੱਲ ਟ੍ਰੈਂਡ ਜਾਂਦਾ ਆ ਟ੍ਰੈਂਡ ਦੇ ਸਾਹਮਣੇ ਸਾਰੇ ਬਦਲੀ ਜਾਂਦੇ ਆ ਤੇ ਬਾਕੀ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਜਰੂਰ ਕਰਿਓ ਤੇ ਇੱਕ ਗੱਲ ਹੋਰ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਵੀ ਮੇਰੇ ਚੈਨਲ ਨੂੰ ਲਗਭਗ 94% ਬੰਦੇ ਉਹ ਦੇਖਦੇ ਆ ਵੀਡੀਓ ਵੀ ਜਿਹੜੇ ਸਬਸਕ੍ਰਾਈਬ ਨਹੀਂ ਕਰਦੇ ਸਿਰਫ 7 ਜਾਣੇ 7% ਹੀ ਸਬਸਕ੍ਰਾਈਬ ਕਰਦੇ ਆ ਤੇ ਤੁਹਾਡੇ ਸਾਰਿਆਂ ਨੂੰ ਰਿਕਵੈਸਟ ਹੈ ਜੇ ਆ ਵੀਡੀਓ ਵਧੀਆ ਲੱਗਦੀ ਆ ਸਾਨੂੰ ਜਾਂ ਇਨਫੋਰਮੇਸ਼ਨ ਵਧੀਆ ਲੱਗਦੀ ਆ ਤਾਂ ਯਾਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਕਮੈਂਟ ਵਿੱਚ ਕਮੀ ਪੇਚੀ ਦੱਸਿਆ ਕਰੋ ਵੀ ਆ ਕਮੀ ਸੀ ਜਾਂ ਹੋਰ ਅੱਗੇ ਤੁਹਾਨੂੰ ਕੋਈ ਟੌਪਿਕ ਚਾਹੀਦਾ ਆ ਵੀ ਉਹਦੇ ਉੱਤੇ ਵੀਡੀਓ ਬਣਾਉ ਉਹ ਵੀ ਬਣਾਉਗਾ ਹੁਣ ਮੈਂ ਆਪਣੇ ਟਰੈਕਟਰ ਦੀ ਕੇਮ ਚੇਂਜ ਕਰਾਣੀ ਹੈ ਜੀ ਤੇ ਮੈਂ ਜਿੱਦਣ ਕਰਵਾਣ ਗਿਆ ਉਹਦੀ ਪੂਰੀ ਵੀਡੀਓ ਬਣਾ ਕੇ ਦੱਸੂਗਾ ਤੁਹਾਨੂੰ ਵੀ ਕੇਮ ਕਿੱਦਾਂ ਚੇਂਜ ਹੁੰਦੀ ਆ ਤੇ ਕਿਆ-ਕਿਆ ਖੋਲਦਾ ਆ ਤੇ ਚੇਂਜ ਕਰਾਈਨਾ ਮੈਨੂੰ ਫਾਇਦਾ ਕਿਆ ਹੋਇਆ ਤੇ ਨੁਕਸਾਨ ਕਿਆ ਉਹਦੇ ਉੱਤੇ ਵੀ ਬਣਾਉਂਗਾ ਹੁਣ ਮੈਂ ਤੁਹਾਡੇ ਲਈ ਆ ਸਾਰਾ ਕੁਝ ਆ ਨਵਾਂ ਮਟਰੈਕਟਰ 2020 ਜੇ ਮੈਂ ਤੁਹਾਡੇ ਲਈ ਇੰਨਾ ਕਰਦਾ ਘਟੋ ਘਟ ਮੈਂ ਸਾਰਾ ਟਰੈਕਟਰ ਖੋਲ ਜਾਣਾ ਜੀ ਤੁਸੀਂ ਵੀ ਮੈਨਾਂ ਜੀ ਸਬਸਕ੍ਰਾਈਬ ਕਰਕੇ ਸਪੋਰਟ ਕਰ ਦਿਆ ਕਰੋ ਧੰਨਵਾਦ ਜੀ ਸਾਰਿਆਂ ਦਾ ਮਿਲਦੇ ਆਂ ਜੀ ਅਗਲੀ ਵੀਡੀਓ 'ਚ